ਇੱਕ ਦੇਖੋ ਰਕਸ਼ਾ ਨੇ ਟੱਕਰਿਆ ਇੰਨੀ ਗਰਮੀ, ਮੁੰਡੇ ਨੂੰ ਫੋਨ ਕੀਤਾ ਮੁੰਡੇ ਨੇ ਫੋਨ ਨਹੀਂ ਚੁੱਕਿਆ, ਹੁਣ ਮੈਨੂੰ ਤੁਰ ਕੇ ਇੰਨੀ ਦੂਰ ਆਉਣਾ ਪਿਆ ਵਾ, ਹੈਂ ਬੜੀ ਗਰਮੀ ਹੈ ਭੈਣਾ, ਕਿਤੇ ਬਾਹਰ ਜਾ ਕੇ ਚੁੱਕੀ ਗਰਮੀ ਨੇ, ਪਤਾ ਨਹੀਂ ਮੁੰਡਾ ਅਜੇ ਆਇਆ ਕਿ ਨਹੀਂ ਆਇਆ, ਫੋਨ ਨਹੀਂ ਚੁੱਕਣ ਡਿਆ, ਕੀ ਕਰਨ ਡਿਆ ਵਾ। ਨੀ ਪੂਨਮ ਨੀ ਪਾਣੀ ਲਿਆ, ਨੀ ਗਰਮੀ ਕਿੰਨੀ ਹੈ, ਪਾਣੀ ਲਿਆ ਛੇਤੀ ਕਰ, ਪਾਣੀ ਲਿਆ ਬਾਹਰ ਤੇ ਵੇਖ ਜਾ ਕੇ ਕਿੱਦਾਂ ਗਰਮੀ ਹੈ, ਗੋੜੇ ਗੋੜੇ ਮੈਂ ਤੇ ਤੁਰ ਕੇ ਆਈ ਹਾਂ, ਕੋਈ ਰਕਸ਼ੇ ਵਾਲਾ ਵੀ ਨਹੀਂ ਮਿਲਿਆ ਅੱਜ ਤੇ, ਪਾਣੀ ਲਿਆ ਛੇਤੀ। ਮੰਮੀ ਤੇ ਵਾਂਡੇ ਆ ਵੀ ਗਏ, ਫੋਨ ਹੀ ਨਹੀਂ ਕੀਤਾ ਮੰਮੀ ਨੇ, ਤੂੰ ਦੀਦੀ ਵੀ ਘਰ ਹੈਨੀ, ਦੀਦੀ ਦੀ ਚਾਚੀ ਘਰ ਗਈ ਆ। ਚਲੋ ਕੋਈ ਨਹੀਂ, ਮੈਂ ਪਾਣੀ ਪੂਣੀ ਪਿਆਲਦੀ ਹਾਂ। ਸਤਿ ਸ਼੍ਰੀ ਅਕਾਲ ਮੰਮੀ ਜੀ, ਆ ਗਏ ਜੀ? ਹਾਂ ਆ ਗਿਆ, ਕਮਲ ਕਿੱਥੇ ਗਈ ਆ? ਉਹ ਚਾਚੀ ਘਰ ਗਈ ਜੀ। ਅੱਛਾ ਹਾਂਜੀ, ਤੁਸੀਂ ਫੋਨ ਕਰ ਦੇਣਾ ਸੀ, ਤੈਨੂੰ ਲੈਣ ਆ ਜਾਂਦੀ ਮੈਂ ਤੁਹਾਨੂੰ। ਹੁਣ ਮੈਂ ਕੀ ਕਰਨਾ ਸੀ, ਮੈਂ ਚੱਲ ਕਦੇ ਮਿਲ ਜਾਂਦਾ ਰਕਸ਼ਾ, ਰਕਸ਼ਾ 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 ਮਿਲਿਆ ਨਹੀਂ ਹੈ, ਫਿਰ ਮੈਂ ਚੱਲ ਤੁਰ ਕੇ ਤੁਰ ਜਾਂਦੀ ਹੈ, ਫਿਰ ਇੱਕ ਮੁੰਡਾ ਮੇਰੇ ਪਏ ਪਿੰਡ ਦਾ ਪਿੱਛੇ ਲਾਤਾ ਉਹਨੇ, ਲਿਆ ਗਈ ਮੈਂ ਤਾਂ ਉਹਦਾ, ਤੇ ਮੈਂ ਰਹਿਣਾ ਦਿਹਾੜੀ ਤੇ ਆ ਮੇਲੇ ਦਾ ਕਰਕੇ, ਮੈਂ ਵੀ ਜਾਂਦੀ ਹਾਂ ਘਰ, ਕੁੜੀਆਂ ਵਿਹਲੀਆਂ ਹੋਣੀਆਂ ਚੁੱਪ ਚੁੱਪ। ਦੀਦੀ ਠੀਕ ਆ? ਠੀਕ ਆ। ਕਿੰਨੇ ਦਿਨ ਲਾਇਆ ਵਾਂ, ਮਾਤਾ ਨੇ ਮੈਨੂੰ ਤੇ ਹੁਣ ਝਿੜਕਣਾ ਵਾ। ਮਾਤਾ ਸਤਿ ਸ਼੍ਰੀ ਅਕਾਲ। ਮਾਤਾ ਉਹ ਯਾਦ ਦੋਸਤਾਂ ਨਾਲ ਗਿਆ ਸੀ ਨਾ, ਮੰਮੀ ਮੈਂ ਪਹਾੜੀ ਇਲਾਕੇ ਚ ਗਿਆ ਸੀ, ਤਦ ਨੀ ਫੋਨ ਫਾਨ ਲੱਗਦਾ ਉੱਥੇ। ਪੁੱਤ ਤੈਨੂੰ ਪਤਾ ਇੰਨੇ ਦਿਨ ਤੇਰਾ ਰਿਹਾ ਸਰਦਾ ਵਾ, ਉਹ ਤੇ ਛੜੇ ਛਾਣੇ ਉਹ ਤੇ ਰਹਿ ਪਏ ਤੇ ਤੇਰਾ ਰਿਹਾ ਸਰਦਾ ਇੰਨੇ ਦਿਨ। ਮੈਂ ਤੇ ਮਾਤਾ ਉਹਨਾਂ ਨੂੰ ਉਦਣ ਦਾ ਕਹਿਣ ਡਿਆ ਸੀਗਾ, ਹੁਣ ਆਉਣ ਨਹੀਂ ਡੇ ਤੇ ਫਿਰ ਮੈਨੂੰ ਉਹਨਾਂ ਦੇ ਨਾਲ ਹੀ ਆਉਣਾ ਪੈਣਾ ਸੀਗਾ। ਮੈਂ ਤੇ ਕਮਰੋਂ ਲਾ ਕੇ ਮੇਰਾ 3-4 ਦਿਨ ਰਿਹਾ ਕੇ ਤੇ ਕੁੜੀ ਕੋਲ ਆ ਗਈ ਆ, ਤੇ ਤੈਨੂੰ ਆ 7-8 ਦਿਨ ਹੋ ਗਏ ਘਰੋਂ ਗਏ ਨੂੰ, ਇੰਨੇ ਦਿਨ ਰਿਹਾ ਦੁਬਾਰਾ ਨੀ ਕੰਮ ਕਰ, ਕਿਹੜਾ ਛੜਾ ਛਾਣਾ ਤੂੰ, ਟੱਬਰ ਟੋਰ ਵਾਲਾ ਵਾ ਤੇ ਤੂੰ ਛੱਡ ਦੇ ਮੁੰਡਿਆਂ ਦਾ ਕਿਹੜਾ। ਟੱਬਰ ਟੋਰ ਵਾਲਾ ਤੇ ਹੈਗਾ ਮਾਤਾ, ਹੁਣ ਉਹਨਾਂ ਨਾਲ ਗਿਆ ਹੈਗਾ ਤੇ ਫਿਰ ਉਹਨਾਂ ਦੇ ਨਾਲ ਹੀ ਆਉਣਾ ਪੈਣਾ। ਚੱਲ ਕੋਈ ਨੀ, ਅੱਗੇ ਤੋਂ ਨਹੀਂ ਜਾਇਆ ਕਰੂੰਗਾ, ਨਾਲੇ ਤੂੰ ਇੰਨਾ ਖਰਚਾ ਕਰਕੇ ਆਇਆ, ਨਾਲੇ ਤੂੰ 10-15 ਦਿਨ ਹੋ ਜਾ, 8-10 ਦਿਨ ਤੂੰ ਆਇਆ ਵਾ, ਨਾਲੇ ਤੂੰ ਇੰਨਾ ਖਰਚਾ ਕਰਕੇ ਆਇਆ ਹੋਵੇਂ ਤਾਂ। ਆਹੋ ਮਾਤਾ 10-12 ਹਜ਼ਾਰ ਰੁਪਇਆ ਵੀ ਲੱਗ ਗਿਆ। ਆਹ ਤੇ ਡਬਈ ਚ ਤੈਨੂੰ ਪਤਾ ਤੇਰਾ ਭਰਾ ਦੇ ਕੋਲ ਕਿੱਦਾਂ ਪਾਣੀ ਆਇਆ, ਫੋਨ ਉਹ ਵੀ ਬਹੁਤ ਘੱਟ ਕਰਦਾ ਵਾ, ਹੁਣ ਕਿੰਨੇ ਦਿਨ ਹੋ ਗਏ ਉਹਦਾ ਫੋਨ ਨਹੀਂ ਆਇਆ। ਠੀਕ ਠਾਕ ਹੀ ਉਦਾਂ? ਹਾਂ ਉਦਾਂ ਠੀਕ ਠਾਕ ਹੀ। ਤੇ ਸੱਬੀ ਦੀਦੀ ਕੋ ਗਏ ਤੁਸੀਂ? ਹਾਂ ਸੱਬੀ ਕੋ ਗਈ, ਠੀਕ ਠਾਕ ਹੈ ਸੱਬੀ। ਅੱਛਾ ਉਹਦਾ ਵੀ ਪ੍ਰੋਗਰਾਮ ਨਾ, ਤੰਗ ਪਰੇਸ਼ਾਨ ਕਰਦਾ, ਮਾੜੀਆਂ ਢਾਣੀਆਂ ਚ ਬਹਿਣ ਡਿਆ ਪਿਆ, ਮੇਰੇ ਹਿਸਾਬ ਚੋਂ ਡਿਆ ਪਿਆ ਪੀਣ ਪਾਣ, ਹੁਣ ਕੰਮ ਕੋ ਕਰਦਾ ਕਰਦਾ ਨਹੀਂ, ਹੁਣ ਡੰਗਰ ਰੱਖੇ ਨੇ ਨਾ ਕਿਤੇ ਪੱਠੇ ਪਾਉਂਦਾ ਨਾ ਲੈਣ ਨਾ ਦੇਣ, ਉਹ ਸਾਰਾ ਦਿਨ ਕੁੜੀ ਵਖਤ ਨੂੰ ਫੜੀ ਰਹਿੰਦੀ ਹੈ। ਦੀਦੀ ਨੂੰ ਜ਼ਿਆਦਾ ਪਰੇਸ਼ਾਨ ਕਰਦਾ ਭਾਜੀ। ਹੋਰ ਕਿਸੇ ਦਿਨ ਜਾ ਕੇ ਤੇ ਮਾਰ ਕੇ ਆਦਾ, ਵੱਧ ਕਿਸੇ ਦਿਨ ਚੱਲੀਏ। ਆਹੋ ਚੱਲਦੇ ਹਾਂ, ਕੋਈ ਨਹੀਂ, 1-2 ਦਿਨਾਂ ਤੱਕ ਜਾਂਦੇ ਹਾਂ ਤੇ ਸਮਝਾ ਕੇ ਆਉਂਦੇ ਹਾਂ ਭਾਜੀ। ਆਹੋ ਤਾਂ ਹੀ ਮੈਂ ਹੋਈ, ਹੁਣ ਬੜਾ ਤੰਗ ਕਰਦਾ, ਪਤਾ ਨਹੀਂ ਕੀ ਕਰਦੇ ਜੇ ਕੀ ਨਹੀਂ ਕਰਦਾ, ਜਿਹੜਾ ਦੁੱਧੇ 4 ਪੈਸੇ ਹੁੰਦੇ ਨੇ ਉਹ ਵੀ ਲੱਗ ਜਾਂਦਾ ਬਾਹਰੇ ਬਾਹਰ, ਇਹਨੂੰ ਤਾਂ ਸਮਝ ਹੀ ਨਹੀਂ ਲੱਗਦੀ ਕੀ ਕਰਦਾ ਵਾ। ਹੁਣ ਤਾਂ ਮਹਿੰਗਾਈ ਇੰਨੀ ਆ, ਕੰਮ ਤੇ ਜਾਂਦਾ ਨਹੀਂ ਹੋਣਾ ਨਾ, ਕੰਮ ਤੇ ਹੁਣ ਜਾਂਦਾ ਨਹੀਂ ਆ। ਕੋਈ ਨਹੀਂ, ਸਮਝਾ ਕੇ ਆਉਂਦੇ ਹਾਂ ਭਾਜੀ ਨੂੰ ਫਿਰ। ਆਹੋ ਚੱਲਦੇ ਹਾਂ, ਇਹਨਾਂ ਨੂੰ ਦੱਸੀ, ਇਹਨਾਂ ਨੂੰ ਨਹੀਂ ਮੈਂ ਦੱਸਿਆ ਕੱਖ ਵੀ, ਇਹਨਾਂ ਨੂੰ ਮੈਂ ਦੱਸਿਆ ਮੈਂ ਉਦਾਂ ਹੀ ਗਈ ਹਾਂ। ਨਹੀਂ ਇਹਨਾਂ ਨੂੰ ਗਾਲੀ ਦੱਸਣਾ, ਇਹਨਾਂ ਫਿਰ ਚਾਚੀ ਦੇ ਕੰਨਾਂ 'ਚ ਵਾਲਾ ਪਾ ਦੇਣਾ ਜਾ ਕੇ। ਗਾਂ ਤੋਂ ਗਾਂ ਗੱਲ ਨਿਕਲ ਜਾਂਦੀ ਹੈ, ਗਾਂ ਦੀ ਗਾਂ ਨਿਕਲ ਜਾਣੀ, ਕਿਸੇ ਦਿਨ ਜਾ ਕੇ ਆਉਂਦੇ ਹਾਂ। ਤੇ ਕਮਲ ਪਤਾ ਨਹੀਂ ਅਜੇ ਤੱਕ ਆਈ ਨਹੀਂ, ਕਿੱਥੇ ਚਲ ਗਈ ਹੈ, ਕਮਲ ਕਿੱਧਰ ਗਈ ਹੈ? ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਹੁਣੇ ਆਇਆ ਬਾਹਰੋਂ। ਮਾਤਾ ਨੀ ਪੂਨਾ ਮਾ, ਨੀ ਕਮਲ ਕਿੱਥੇ ਗਈ ਹੈ? ਪੂਨਮ ਪਾਣੀ ਲੈ ਕੇ ਆਇਓ। ਆਲੋ ਪਾਣੀ ਆ ਗਏ ਤੁਸੀਂ? ਹਾਂਜੀ। ਕਦੋਂ ਦਾ ਆ ਕੇ ਬੈਠਾ ਤੈਨੂੰ ਆਪਣੇ ਵੀ ਨਹੀਂ ਪਤਾ, ਪਾਣੀ ਧਾਣੀ ਦਵਾਂ ਨੂੰ ਮੈਂ,
ਤੈਨੂੰ ਆਵਾਜ਼ ਮਾਰਿਆ ਤੇ ਬਗਾਰ ਦੀ ਅੰਦਰੋਂ ਹੀ ਬਾਹਰ ਨਿਕਲ ਜਾ। ਕੀ ਗੱਲ ਕੀ ਤੁਹਾਨੂੰ? ਮੰਮੀ ਮੈਨੂੰ ਪਤਾ ਨਹੀਂ ਲੱਗਿਆ ਕਿ ਕਿਹੜੇ ਵੇਲੇ ਆਈ, ਮੈਂ ਤੇ ਸਹੀ ਚ ਕੰਮ ਕਰਨ ਦੀ ਹਾਂ। ਚੱਲ ਸਾਰੇ ਆਲਾ ਕੁੱਟ ਬਣਾ ਕੇ ਮੈਂ ਤੇ ਦਿਸੀਆਂ ਨਾ ਤਨਾਉਂਦੀ। ਮੈਂ ਕਿਹਾ ਇੱਦਾਂ ਹੋ ਗਿਆ ਮੈਨੂੰ ਆਣ ਕੇ ਬੈਠੀ ਰਹੀ ਤੂੰ ਹੋਈ ਤੱਕ ਤੂੰ ਪਾਣੀ ਹੁਣ ਮਹਾਂ ਕਿਤੇ ਲੈ ਕੇ ਤੈਨੂੰ ਪਤਾ ਆਪਣੇ ਆਪ ਚਾਹ ਬਣਾ ਕੇ ਲਿਆਉਣੀ ਹੈ। ਚਾਹ ਲਿਆ ਬਣਾ ਕੇ ਜਾ ਕੇ ਲਿਆ। ਮੇਰੀ ਤੇ ਕੋਈ ਗੱਲ ਨਹੀਂ ਤੇ ਮਾਤਾ ਨੂੰ ਪਾਣੀ ਤਾਣੀ ਦੇ ਦਿਆ ਕਰੋ, ਚਾਹ ਪਾਣੀ ਦੇ ਦਿਆ ਕਰੋ ਟਾਈਮ ਨਾਲ। ਮੇਰੀ ਤੇ ਚੱਲ ਕੋਈ ਗੱਲ ਨਹੀਂ, ਮੇਰਾ ਇਰਾਦਾ ਇਹਨਾਂ ਦੇ ਤਿੰਨ ਚਾਰ ਜਣਾ ਕਿਤੇ ਇਲਾਜ ਕਰਾਂ, ਇਹ ਬਹੁਤ ਭੂਏ ਚੜੀਆਂ। ਮੰਮੀ ਤੇ ਆਉਂਦੇ ਚਾਲੂ ਹੋ ਗਏ ਆ, ਤਿੰਨ ਚਾਰ ਦਿਨ ਬਾਅਦ ਵਾ ਸਾਹ ਆਇਆ ਸੀ ਸੁੱਖ ਦਾ ਕਿਤੇ, ਹੁਣ ਫਿਰ ਆਉਂਦੇ ਹੀ ਉਹ ਹਾਲ। ਮੰਮੀ ਆਉਂਦੇ ਹੀ ਦੁਆਲੇ ਮੇਰੇ ਹੋ ਗਈ ਆ, ਉਤੋਂ ਕਵਲ ਦੀਦੀ ਵੀ ਨਹੀਂ ਆਈ, ਘੰਟਾ ਇੱਕ ਹੋ ਗਿਆ ਦੀਦੀ ਨੂੰ ਗਿਆ ਨੂੰ। ਮੰਮੀ ਨੇ ਮੇਰੇ ਦੁਆਲੇ ਹੋ ਜਾਣਾ ਤਾਂ ਵੀ। ਹਾਏ ਪੱਤੀ ਤੇ ਹੈ ਹੀ ਨਹੀਂ ਆ, ਖਤਮ ਹੋ ਗਈ ਆ, ਮੈਨੂੰ ਲੱਗਦਾ ਖੰਡ ਵੀ ਖਤਮ ਹੋਈ ਹੋਣੀ ਆ। ਮੰਮੀ ਆ ਗਈ, ਮੰਮੀ ਨੂੰ ਪੁੱਛਦੀ ਆ। ਮੰਮੀ ਪੱਤੀ ਖਤਮ ਹੋ ਗਈ ਆ? ਨਹੀਂ ਪੱਤੀ ਖਤਮ ਹੋਈ, ਜਿਹੜੀ ਹੁੰਦੀ ਹੈਗੀ ਹੈ ਟਾਂਟ ਮੁੱਕ ਗਿਆ ਪੱਤੀ ਦਾ। ਮੰਮੀ ਮੁੱਕ ਗਿਆ? ਕੀ ਕਰਦੀ ਆ ਰਹੀ ਆ, ਮੈਂ ਤਿੰਨੀ ਚਾਹੁੰਦੀ ਨਹੀਂ, ਮੈਂ ਆ ਗਈ ਆ, ਪੱਤੀ ਕਿੱਥੇ ਲੰਗਰ ਲਾ ਕੇ ਬੈਠੀ ਆਈ ਤੁਸੀਂ ਮਗਰੋਂ? ਮੰਮੀ ਖੰਡ ਵੀ ਹੈਨੀ ਆ, ਪੱਤੀ ਨਹੀਂ, ਖੰਡ ਵੀ ਮੁੱਕ ਗਈ। ਖੰਡ ਵੀ ਹੈਨੀ ਤੇ ਕੀ ਕਰਦੀਆਂ ਰਹੀਆਂ ਜਾਂ ਮਗਰੋਂ? ਮੰਮੀ ਤੇ ਇੰਨੀ ਕੁ ਜ਼ਿਆਦਾ ਕੰਜੂਸੀ ਵਰਤਦੀ ਨਾ, ਕੋਈ ਹਿਸਾਬ ਹੀ ਨੀ। ਆਪ ਹੀ ਚਾਹ ਪੀਣੀ ਤਾਂ ਨੀ ਪੀਣੀ, ਚਾਹ ਤੁਹਾਡੇ ਵਾਸਤੇ ਚਾਹ ਬਣਾਉਣੀ ਆ, ਤਾਂ ਵੀ ਵੇਖ ਕਿੱਦਾਂ ਰੋਣਾ ਪਾ ਕੇ ਤੇ ਫੇਰ ਲੈਂਦੇ ਖੰਡ ਪੱਤੀ ਵੀ। ਮੰਮੀ ਨੇ ਵੇਖ ਕਿੱਦਾਂ ਲੋਕ ਲਾ ਲਾ ਰੱਖਿਆ ਸਮਾਨ, ਜਿੱਦਾਂ ਕਿਤੇ ਰਾਸ਼ਨ ਨਹੀਂ ਹੈ, ਜਿੱਦਾਂ ਇੱਕ ਖਜ਼ਾਨਾ ਹੁੰਦਾ ਵਾ, ਏਦਾਂ ਦੇ ਲੋਕੀ ਸੁਨਿਆਰੇ ਵੀ ਨਹੀਂ ਜਿੰਦਰਾ ਲਾ ਕੇ ਰੱਖੇ ਜਿੱਦਾਂ ਮੰਮੀ ਨੇ ਲਾਏ। ਚਾਹ ਬਣਾਵਾ ਚਾਹ ਕੇ, ਪਾਣੀ ਸੜ ਗਿਆ ਹੋਣਾ ਮੇਰਾ ਸਾਰਾ ਚਾਹ ਦਾ। ਚਾਹ ਬਣਾਵਾ ਨਹੀਂ ਤੇ ਮੰਮੀ ਨੇ ਫੇਰ ਮੇਰੇ ਦੁਆਲੇ ਹੋ ਜਾਣਾ। ਵਾਹਵਾ ਟਾਈਮ ਲੱਗ ਗਿਆ ਚਾਚੀ ਘਰ, ਕੋਈ ਨੀ ਕੰਮ ਤੈਨੂੰ ਕਰਕੇ ਗਈ ਸਾਰਾ, ਹੁਣ ਮਾਂ ਨਾਲ ਘੜੀ ਸੌਂਦੇ ਆ। ਮੰਮੀ ਆ ਗਈ, ਮੰਮੀ ਸਤਿ ਸ਼੍ਰੀ ਅਕਾਲ। ਮੈਂ ਕਦੋਂ ਦੀ ਆਈ ਆ, ਘੰਟਾ ਡੇਢ ਹੋ ਗਿਆ, ਤੇ ਕਿੱਥੇ ਗਈ ਆ? ਮੰਮੀ ਚਾਚੀ ਘਰੇ ਗਈ। ਚਾਚੀ ਘਰ ਕੀ, ਸਵੇਰੇ ਸਵੇਰੇ ਚਾਚੀ ਘਰ ਚੱਲ ਗਈ ਆ? ਨਹੀਂ ਮੰਮੀ ਕੰਮ ਕਰਕੇ ਗਈ ਸਾਰਾ। ਨਹੀਂ ਕੀ ਚਾਚੀ ਦੇ ਘਰ? ਓਦਾਂ ਹੀ ਮੰਮੀ ਮੈਨੂੰ ਕੰਮ ਹੀ ਗਿਆ, ਚਲ ਹੋਰ ਨੀ ਦੋ ਮਿੰਟ ਕੰਮ ਹੀ। ਮੈਂ ਕਦੋਂ ਦੀ ਗਈ ਆ ਡਿੱਕਣ, ਮੈਂ ਕਹਿੰਦੀ ਪਤਾ ਨਹੀਂ ਕਿੱਥੇ ਗਈ ਆ, ਕਿੱਥੇ ਗਈ ਆ? ਤੁਸੀਂ ਹੁਣੇ ਆਏ ਮੰਮੀ ਜੀ? ਆਹੋ ਫੇ ਮੈਨੂੰ ਘੰਟਾ ਡੇਰ ਆਇਆ, ਜਾ ਮੈਂ ਜਾ ਕੇ ਪੂਨਮ ਨੇ ਚਾਹ ਕਰੀ ਕਿ ਕੀ ਕਰਨ ਦਈ ਆ ਪੂਨਮ ਵੇਨੀ। ਪੂਨਮ ਮੰਮੀ ਆ ਗਏ ਤੇ ਤੁਹਾਨੂੰ ਦੱਸਿਆ ਨਹੀਂ ਮੰਮੀ ਆ ਗਏ? ਦੀਦੀ ਫੋਨ ਤੇ ਤੁਸੀਂ ਆਪਣਾ ਘਰ ਛੱਡ ਗਏ ਤੇ ਮੈਂ ਤੁਹਾਨੂੰ ਦੱਸਣਾ ਕਿੱਦਾਂ ਹੈ? ਤੇ ਚਾਚੀ ਵਾਲੇ ਫੋਨ ਤੇ ਫੋਨ ਲਾ ਦੇਣਾ ਸੀ। ਚਾਚੀ ਦਾ ਨੰਬਰ ਮੈਨੂੰ ਹੁਣ ਕੀ ਪਤਾ ਕਿਹੜਾ ਕਿਹੜਾ ਨਹੀਂ, ਮੈਂ ਤਾਂ ਚਾਚੀ ਦਾ ਨੰਬਰ ਸੇਵ ਹੀ ਨਹੀਂ ਕੀਤਾ, ਤੁਹਾਡੇ ਫੋਨ ਚ ਹੀਗਾ ਤਾਂ ਤੁਹਾਡੇ ਫੋਨ। ਹਜੇ ਤਾਂ ਮੈਨੂੰ ਕੁਛ ਵੀ ਨਹੀਂ ਕਿਹਾ ਉਹਨਾਂ ਨੇ।
ਤੇ ਮੈਂ ਉਦਾਂ ਹੀ ਬਹਾਨਾ ਲਾਤਾ, ਮੈਂ ਕਿਹਾ ਉਦਾਂ ਹੀ ਗਈ ਮੈਂ ਕੰਮ। ਬਾਬਾ ਚਰਾਉਂਦੇ ਕਿ ਇਹਦੇ ਵੀ ਟਾਈਮ ਨਾ ਆ ਜਾਣਾ ਸੀ ਨਾ, ਮੈਨੂੰ ਗੱਲਾਂ ਕਰਦੇ ਪਤਾ ਨਹੀਂ ਲੱਗਾ ਟਾਈਮ ਦਾ। ਇੱਕ ਮੰਮੀ ਵੀ ਸੁੱਤੇ ਆ ਗਏ, ਮੰਮੀ ਨੇ ਵੀ ਨਾ ਫੋਨ ਕਰਕੇ ਦੱਸਿਆ ਕਿ ਮੈਂ ਆਉਣਾ ਵਾ ਤੇ ਆਉਣਾ ਹੁੰਦਾ ਤੇ ਚੱਲ ਅਸੀਂ ਵੀ ਘਰੇ ਰਹਿੰਦੇ ਕਿਤੇ ਵੀ ਨਹੀਂ ਜਾਂਦੇ। ਕੋਈ ਗੱਲ ਨਹੀਂ, ਮੈਂ ਚਾਹ ਲਿਆ ਕੇ ਲਿਆਉਂਦੀ ਹਾਂ, ਤੁਸੀਂ ਬੈਠੋ ਅੰਦਰ ਕੋਈ ਨਹੀਂ। ਚੱਲ ਠੀਕ ਆ ਜਾ। ਮੰਮੀ ਬਣਾਉਣ ਦੀ ਪੂਣਮ ਚਾਹ ਲਿਆਉਣ ਲੱਗੀ ਆ, ਬਣ ਗਈ ਬਸ। ਮੰਮੀ ਦੀਦੀ ਠੀਕ ਠਾਕ ਹੀ? ਹਾਂ ਠੀਕ ਠਾਕ ਹੀ। ਨਿਆਣੇ? ਨਿਆਣੇ ਵੀ ਠੀਕ ਠਾਕ ਹੀ। ਅੱਛਾ, ਤੁਸੀਂ ਦੱਸਿਆ ਨੀ ਫੋਨ ਕਰਨ ਲੱਗਾ ਕਰਕੇ? ਮੈਂ ਫੋਨ ਕਰਦੀ ਹਾਂ ਬਈ, ਹੁਣ ਤੇ ਉਹਨੇ ਚੁੱਕਿਆ ਹੀ ਨਹੀਂ ਫੋਨ ਮੁੰਡੇ ਨੇ, ਉਹ ਤਾਂ ਸਗੋਂ ਮੇਰੇ ਤੋਂ ਹੀ ਮਗਰੋਂ ਆਇਆ ਵਾ। ਮੈਂ ਤਾਂ ਪਿੰਡ ਦਾ ਮੁੰਡਾ ਮਿਲ ਪਿਆ, ਪਹਿਲਾਂ ਮੈਂ ਫਿਰ ਰਕਸ਼ਾ ਕਰ ਲੈਂਦੀ ਹਾਂ, ਫਿਰ ਰਕਸ਼ਾ ਵੀ ਤੋਂ ਕੋਈ ਨੀ, ਮੈਂ ਮੁੰਡਾ ਪਿੰਡ ਦਾ ਮਿਲ ਪਿਆ, ਮੈਂ ਉਹਨੂੰ ਬਣਾ ਗਈ, ਉਹ ਤੇ ਮੇਰੇ ਤੋਂ ਹੀ ਮਗਰੋਂ ਹੁਣ ਆਇਆ ਵਾ। ਅੱਛਾ ਹਾਂ, ਉਹ ਤੇ ਕਾਫੀ ਦਿਨ ਲਾ ਆਇਆ ਵਾ। ਹੋਰ ਮੰਮੀ ਕੁਛ ਨੀ ਹੁੰਦਾ ਪੀ ਲੋ, 2 ਮਿੰਟ ਹੀ ਲੇਟ ਹੋਈ ਆ। 2 ਮਿੰਟ ਲੇਟ ਹੋਈ, ਪੂਰੇ 2 ਘੰਟੇ ਹੋ ਗਏ ਮੈਂ ਇੱਥੇ ਬੈਠੀ, 2 ਮਿੰਟ ਲੇਟ ਹੋਈ ਆ ਤੂੰ। ਚਲ ਕੋਈ ਨੀ ਮੰਮੀ, ਪੀ ਲੋ ਹੁਣ। ਅੱਜ ਤਾਂ ਮੈਂ ਪੀ ਲੈਣੀ ਆ, ਲੇਟ ਹੋ ਗਈ ਆ। ਨਹੀਂ ਲੇਟ ਹੋ ਗਈ, ਹੁਣ ਤੇ ਮੈਂ ਪੀ ਲੈਣੀ ਆ। ਭਾਂਡੇ ਛੱਡਣ ਲੋਕੀ ਨਾਲ ਨਾਲ ਮਾਂਜਦੇ ਨੇ, ਇਹ ਨੀ ਵੀ ਸਿੰਖ ਭਰ ਕੇ ਧਰ ਕੇ ਤੇ ਫਿਰ ਭਾਂਡੇ ਮਾਂਜਦੇ ਨੇ, ਭਾਂਡੇ ਨਾਲੋ ਨਾਲ ਮਾਂਜਿਆ ਕਰੋ। ਜਦੋਂ ਮੈਂ ਤੈਨੂੰ ਚਾਹ ਕਿਹਾ ਸੀ ਨਾ, ਚਾਹ ਹੀ ਲੈ ਕੇ ਆਉਣਾ, ਭਾਂਡੇ ਬਾਅਦ ਚ ਮਾਂਜ ਲਿਆ ਕਰੋ। ਇਹ ਨੀ ਵੀ ਤੈਨੂੰ ਚਾਹ ਕਿਹਾ ਤੇ ਤੂੰ ਉੱਥੇ ਭਾਂਡੇ ਲੈ ਕੇ ਮੈਂ ਗਈ, ਉਹ ਜਿਹੜਾ ਮੈਂ ਕੰਮ ਕਵਾਂ ਉਸੇ ਵੇਲੇ ਉਹੋ ਹੀ ਕੰਮ ਹੋਣਾ ਚਾਹੀਦਾ ਵਾ। ਠੀਕ ਆ ਮੰਮੀ, ਕੋਈ ਨੀ, ਗਾਂ ਦਾ ਧਿਆਨ ਰੱਖੂਗੀ। ਆਹੋ ਧਿਆਨ ਰੱਖਣਾ ਗਾਂ ਵਾਸਤੇ। ਆਹੋ ਦੀਦੀ ਚਾਹ? ਨਹੀਂ ਪੂਨਮ, ਚਾਹ ਨੀ ਪੀਣੀ, ਮੇਰੇ ਨਾ ਸਿਰ ਬੜਾ ਪੀੜ ਕਰਨ ਦਾ, ਰਾਤ ਦੇ ਜਿਹੜੇ ਕਰੇਲੇ ਬਣਾਏ ਨਾ ਉਹ ਮੇਰੇ ਸਿਰ ਨੂੰ ਚੜ ਗਏ, ਮੈਂ ਨਹੀਂ ਪੀਣੀ ਹੁਣ ਚਾਹ। ਆ ਨਹੀਂ ਕਰੇਲੇ ਬਣਾਏ ਉਹ ਮੇਰੇ ਸਾਹਮਣੇ, ਤੂੰ ਤੇਲ ਵੀ ਸਾਰਾ ਮੁਕਾਤਾ ਹੋਣਾ ਵਾ। ਮੰਮੀ ਥੋੜਾ ਜਿਹਾ ਹੈਗਾ ਵਾ। ਨਹੀਂ ਥੋੜਾ ਜਿਹਾ ਹੈਗਾ, ਕਿਲੋ ਦੀ ਤੁਹਾਨੂੰ ਮੈਂ ਬੋਤਲ ਦੇ ਕੇ ਗਈ ਆ, ਬੰਦਾ ਪੁੱਛੇ ਕਰੇਲੇ ਜ਼ਰੂਰੀ ਨੇ ਖਾਣੇ, ਕਰੇਲੇ ਜ਼ਰੂਰੀ ਨੇ ਤੁਹਾਡੇ ਵਾਸਤੇ, ਤੁਹਾਨੂੰ ਮੈਂ ਕਿਹਾ ਹੈ ਲਵਾਂ ਸਬਜ਼ੀ ਬਣਾ ਲਿਓ ਤੇ ਤੂੰ ਤੜਕੇ ਬਹਿ ਗਈ ਆ ਕਰੇਲੇ, ਤੈਨੂੰ ਪਤਾ ਵੱਡੀ ਨਾਲ ਨਾਲੇ ਬੀਪੀ ਵੱਧਦਾ ਵਾ, ਨਾਲੇ ਹੁਣ ਉਹ ਪੌੜਾ ਪਾਏਗੀ, ਮੈਨੂੰ ਦਵਾਈ ਲਿਆ ਕੇ ਦੇ, ਮੈਨੂੰ ਵੱਧ ਗਿਆ ਮੇਰਾ ਬੀਪੀ ਵੱਧ ਗਿਆ, ਤੂੰ ਤੇਲ ਸਾਰਾ ਲੁੱਟ ਕੇ ਬਹਿ ਗਈ ਆ। ਮੈਂ ਵੇਖਦੀ ਆ ਨਾ ਰਸੋਈ ਗਈ ਤੇ ਵਹਾਂ ਕੀ ਕੀਤਾ ਤੇ ਕੀ ਨਹੀਂ, ਫੇਰ ਤੁਹਾਨੂੰ ਮੈਂ ਦੱਸ ਰਹੀ ਆ। ਅੱਜ ਪੀ ਲਓ ਹੁਣ ਚਾਹ, ਜਾ ਕੇ ਠੰਡੀ ਕਰਕੇ ਪੀਣੀ ਹੈ, ਜਾ ਬਾਹਰ ਲੈ ਜਾ ਚਾਹ, ਜਿੰਦੋ ਹੀ ਨਹੀਂ ਅਟਕੇ, ਯਾਰ ਤੂੰ ਵੀ ਕਹੋ ਜਾ ਕੇ ਬਾਹਰ ਚਾਹ ਪੀ ਲਓ, ਗੁੱਸਾ ਮੈਨੂੰ ਬੜਾ ਚੜਿਆ ਜੇ, ਬਾਹਰ ਚਲ ਮੈਂ ਜਾ ਕੇ ਚੱਲ ਲਾ ਕੋ ਚੰਗੀ ਰਹਿ ਲਵੀ ਆ, ਮੈਂ ਆ ਗਈ ਰਸੋਈ ਦੇ ਤੇ ਤੁਹਾਨੂੰ ਆਣ ਕੇ ਵੇਖਦੀ ਆ ਕੀ ਤੁਹਾਨੂੰ ਪੀਤਾ ਕਿ ਕੀ ਨਹੀਂ ਕੀਤਾ। ਦੀਦੀ ਤੁਸੀਂ ਮੰਮੀ ਸਾਹਮਣੇ ਇੱਕ ਨਾਂ ਨਹੀਂ ਨਾ ਲੈਣਾ ਕਿ ਵੀ ਆਪਾਂ ਕਰੇਲੇ ਮੇਰੇ ਉਦਾਂ ਹੀ ਮੂੰਹ ਚੋਂ ਨਿਕਲ ਗਿਆ। ਮੰਮੀ ਨੇ ਤੇ ਹੁਣ ਮੇਰੇ ਮੇਰੇ ਦਿਵਾਲੇ ਹੋ ਗਈ, ਮੰਮੀ ਦੇ ਆਉਂਦੇ ਹੀ ਮੇਰੇ ਦਿਵਾਲੇ ਹੋਈ ਹੈ ਜਦੋਂ ਦੀ ਆਈ ਹੈ। ਚੱਲ ਕੋਈ ਨਹੀਂ, ਲੱਗ ਜੂ ਪਤਾ ਤਾਂ ਲੱਗ ਗਿਆ, ਹੁਣ ਦੱਸ ਪਤਾ ਲੱਗ ਨਾ, ਡਰ ਕੇ ਰਹਿਣਾ ਇਹ ਤੋਂ ਆਹ ਤੇ ਫਿਰ ਮੰਮੀ ਇਹਦਾ ਕੰਮ ਹੀ ਬੋਲਣ ਦਾ, ਇਹਦੇ ਸਾਨੂੰ ਖਾਣ ਹੀ ਨਹੀਂ ਦੇਵੇ ਕੁਛ। ਨਹੀਂ ਤੁਸੀਂ ਨਾ ਹੀ ਨਹੀਂ ਲੈਣਾ ਹੁਣ ਕਿ ਵੀ ਆਪਾਂ ਕਰੇਲੇ ਖਾਦੇ ਆ, ਜੇ ਮੰਮੀ ਸੋਚ ਕੇ ਤੇਲ ਦੀ ਬੋਤਲ ਵੇਖ ਕੇ ਤੇ ਮੰਮੀ ਨੇ ਤੇ ਸਾਡੇ ਦਿਵਾਲੇ ਹੋ ਜਾਣਾ। ਚੱਲ ਖਾਣਾ ਤੇ ਹੈ ਹੀ ਕੁਛ ਮਗਰੋਂ, ਚਲੋ ਤੁਸੀਂ ਇੱਕ ਕਹਿ ਵੀ ਇਹ ਦਿੱਤਾ ਨਾ ਕਿ ਪੂਨਮ ਨੇ ਬਣਾਏ ਸੀ, ਸਾਡੇ ਕਹਿਣ ਤੇ ਬਣਾਏ ਸੀ, ਤੁਸੀਂ ਮੰਮੀ ਗਾੜੀ ਮੇਰਾ ਨਾਂ ਲਾਤਾ ਵਾ। ਚੱਲ ਕੋਈ ਨੀ ਪੂਨਮ, ਅਸੀਂ ਨਾ ਡਰ ਡਰ ਕੇ ਥੋੜਾ ਰਹਿਣਾ ਵਾ, ਹੁਣ ਮੇਰਾ ਬੰਦਾ ਵੀ ਤੇ ਕਮਾਈ ਪਾਉਣ ਹੀ ਡਿਆ ਵਾ ਨਾ।
ਦੱਸ ਅਸੀਂ ਘਰ ਰੋਟੀ ਵੀ ਨੀ ਖਾਣੀ ਚੱਜ ਸਵਾਦ ਦੀ, ਪਰ ਤੁਹਾਨੂੰ ਪਤਾ ਹੀ ਆ ਭਾਈ ਜਿੰਨੀ ਮਰਜ਼ੀ ਕਮਾਈ ਪਾਉਣ ਦੇ ਪਰ ਚੱਲਣੀ ਤੇ ਮੰਮੀ ਦੀ ਆ ਨਾ। ਕੋਈ ਨੀ ਜਿੰਨੀਆਂ ਕਰਦੇ ਕਰਨ ਦੇ ਤੂੰ, ਮੈਂ ਤੇ ਇਹਦੇ ਹੱਥ ਨਹੀਂ ਦੁਖੀ, ਮੈਂ ਤੇ ਆਡੀ ਹੋ ਜਾਣਾ। ਖੰਡ ਪੱਤੀ ਵੀ ਉੱਤੋਂ ਮੁੱਕ ਗਈ ਤੇ ਉਹ ਵੀ ਮੰਮੀ ਦੁਆਲੇ ਹੋਣ ਡਈ, ਮੈਂ ਕਿਹਾ ਵੀ ਐਡੀ ਛੇਤੀ ਲੱਗਦਾ ਮਗਰੋਂ ਲੰਗਰ ਲਾਇਆ ਵਾ ਜਿਹੜਾ ਤੁਸੀਂ ਖੰਡ ਪੱਤੀ ਟਾਈਮ ਨਾਲ ਮੁਕਾ ਕੇ ਬਹਿ। ਦੀਦੀ ਪਕੌੜੇ ਕੱਢੇ ਹੋਏ ਨਾ ਦੱਸਿਓ ਹੁਣ ਮੰਮੀ ਨੂੰ, ਨਾ ਹੀ ਮੂੰਹ ਚ ਨਿਕਲੇ, ਨਹੀਂ ਤੇ ਮੰਮੀ ਨੂੰ ਪਤਾ ਤਾਂ ਲੱਗਣਾ ਹੀ ਆ ਨਾ ਮੰਮੀ ਨੂੰ, ਉਹਨੇ ਸਾਰੇ ਡੱਬੇ ਚੈੱਕ ਕਰਕੇ ਵੇਖਣੇ ਕੀ ਵਰਤਿਆ ਇਹਨਾਂ ਨੇ ਕੀ ਨਹੀਂ ਵਰਤਿਆ ਮਗਰੋਂ। ਇਹ ਤਾਂ ਹੈ ਦੀਦੀ, ਮੰਮੀ ਨੇ ਹੁਣ ਕਹਿਣ ਡੀ ਆ ਸਾਰੀ ਰਸੋਈ ਫੇਰਨੀ ਆ ਫੋਲ ਕੇ ਆਣਗੇ ਵੀ ਕੀ ਮੁਕਾਇਆ ਤੁਸੀਂ। ਕੋਈ ਨੀ ਵੇਖੀ ਜਾਊਗੀ ਜੋ ਹੋਊਗੀ। ਚੱਲ ਕੋਈ ਨੀ ਤੂੰ ਨਾ ਡਰ, ਇੰਨਾ ਡਰ ਡਰ ਕੇ ਰਹਿਣਾ ਫਿਰ ਕੋ ਦੱਸ। ਚੱਲ ਮੈਂ ਭਾਂਡੇ ਮਾਂਜਣਾ ਜਾ ਕੇ ਰਸੋਈ ਚ। ਚੱਲ ਠੀਕ ਆ ਵਾ। ਦੀਦੀ ਦੇ ਨਾ ਮੰਮੀ ਦੇ ਸਾਹਮਣੇ ਮੇਰਾ ਨਾਂ ਲਾਇਆ ਵਾ ਇਹ ਜੀ ਪੂਨਮ ਨੇ ਬਣਾਏ ਕਰੇ, ਬਣਾਏ ਤੇ ਮੈਂ ਤੁਹਾਡੇ ਕਹਿਣ ਤੇ ਸੀਗੇ, ਮੈਂ ਕਿਹੜਾ ਕੱਲੀ ਨੇ ਖਾਧੇ ਸੀ, ਨਾਲੇ ਗਾਲਾਂ ਮੈਨੂੰ ਫਿਰਨੀ ਆ ਹੁਣ ਮੰਮੀ ਕੋਲੋਂ। ਆਪ ਜੀ ਦੀ ਸਾਈਡ ਤੇ ਹੋ ਗਈ ਆ ਦੱਸ ਕੇ ਮੰਮੀ ਨੂੰ, ਬੰਦੇ ਦਾ ਕੰਮ ਚੁੱਪ ਕਰਕੇ ਬਹਿ ਜੇ ਜੇ ਸਿਰ ਪੀੜ ਹੋਣ ਡਿਆ ਸੀ ਤਾਂ ਅੱਗੋਂ ਪਿੱਛੇ ਕਹਿ ਨੀ, ਮੰਮੀ ਸਾਹਮਣੇ ਪਹਿਲਾਂ ਕਹਿਣ ਦੀ ਕੋਈ ਲੋੜ ਸੀ। ਮੈਂ ਵੇਖਾਂ ਭਲਾ ਰਸੋਈ ਦੇ ਵਿੱਚ ਕੀ ਕੀਤਾ ਤੇ ਇਹਨਾਂ ਨੇ ਕੀ ਨਹੀਂ ਕੀਤਾ ਹੈ। ਇਹਨਾਂ ਦੇ ਅੱਜ ਕਰੇਲੇ ਤੇ ਕੱਢਦੀ ਆ ਮੈਂ, ਜਿਹੜੇ ਨਾਲ ਕਰੇਲੇ ਖਾਧੇ ਨੇ ਨਾ ਇਹਨਾਂ ਦੇ ਵਿੱਚੋਂ ਨਾ ਮੈਂ ਕਰੇਲੇ ਕੱਢੇ ਤੇ ਗੱਲ ਕਰੀ। ਆਵੇ ਹੈ ਆਵੇ ਐਵੇਂ ਨੀ ਪੀਤੀ ਰੱਖਣੀ ਵਜੇ, ਆਵੇ ਆਹ ਤੇਲ ਰਹਿ ਗਿਆ ਵਾ ਹੈ। ਦੱਸ ਹਾਂ ਮੈਂ ਵੇਖਾਂ ਭਲਾ ਇਹਨਾਂ ਦਾ ਕੀ ਜਾਣਾ ਅੱਕ ਭਲਿਆ। ਆਵੇ ਨੀ ਵੇਸਣ ਵੀ ਖਾ ਖੋਲ ਕੇ ਤੇ ਕਿੱਥੇ ਰੱਖਿਆ ਵੇਸਣ ਵੀ ਹੈ। ਮੈਂ ਨਾ ਕੁੜੀਆਂ ਨੇ ਪਤਾ ਨੀ ਕੀ ਆਤ ਚੁੱਕੀ ਏ ਇਹਨਾਂ ਦਾ, ਹੁਣ ਮੈਂ ਇਲਾਜ ਕਰਨੀ ਆ। ਨੀ ਪੂਨਮ ਨੀ ਕਵਰ ਨੀ ਇੱਧਰ ਆਓ ਜਰਾ ਛੇਤੀ, ਇੱਧਰ ਆਓ ਜੇ ਤੁਹਾਨੂੰ ਨਾਮ ਹੈ ਜੇ ਕਰੇਲਿਆਂ ਵਰਗੇ ਬਣਾ ਖੜਿਆ ਤੇ ਗੱਲ ਕਰਿਆ ਤੁਸੀਂ। ਦੀਦੀ ਮੰਮੀ ਗਈ ਜੇ ਫੁੱਲ ਫਲਾਈ ਕਰਨ, ਉਹ ਵੀ ਹੁਣ ਵਾਜਾ ਮੰਡੀ ਚੱਲ ਸੁਣ ਕੇ ਆਈਏ ਕੀ ਕਹਿੰਦੇ ਮੰਮੀ ਭਲਾ। ਇਹਨੇ ਤਾਂ ਹੁਣ ਸਾਰੀ ਫੁੱਲ ਫਲਾਈ ਕਰਨੀ, ਪਤਾ ਨਹੀਂ ਕੀ ਖਾਦਾ ਕੀ ਮਗਰੋਂ ਕੀ ਨਹੀਂ, ਪਤਾ ਨਹੀਂ ਕੁੜੀ ਨੇ ਕੀ ਸਿਖਾ ਕੇ ਭੇਜਤਾ ਈ ਸਾਡੇ, ਹੁਣ ਇਹਨੇ ਸਿਰ ਚੜ ਕੇ ਬੋਲਣਾ ਈ। ਕੀ ਕਰੀਏ ਹੁਣ, ਬੋਲਣ ਡਈ ਆ, ਬੋਲਣਾ ਕੀ ਆ ਬੋਲਣ। ਚੱਲ ਸੁਣ ਲਈਏ ਕੀ ਆਂਦੀ ਆ ਹੁਣ। ਚੱਲ ਹਾਂਜੀ ਮੰਮੀ। ਨਹੀਂ ਮੈਂ ਕਹਾਂਗੀ ਵਾਈ ਮਾਰੀ ਤੇ ਹੋਣਾ ਈ ਆ, ਕੀ ਗੱਲ ਕੀ ਏ, ਉਹ ਕੀ ਕੀਤਾ ਰਸੋਈ ਦੇ ਵਿੱਚ, ਵਿਅਸਨ ਕਿੰਨੇ ਰੱਖਿਆ ਉੱਥੇ, ਛੇਤੀ ਫਿਰ ਸਮਝਾਇਆ ਨਾ ਮੈਂ ਜਦੋਂ ਆਵਾਜ਼ ਮਾਰਾਂ ਮੈਨੂੰ ਉਸੇ ਵੇਲੇ ਹਾਜ਼ਰ ਚਾਹੀਦੀਆਂ ਨੇ, ਕੀ ਗੱਲ ਮੈਂ ਵੱਡੀਆ ਤੈਨੂੰ ਕਿੰਨੀਆਂ ਆਵਾਜ਼ਾਂ ਮਾਰੀਆਂ ਨੇ। ਐ ਚਲੋ ਗੱਲ ਕੀ ਹੈ ਰਸੋਈ ਤੇ ਕੀ ਨਹੀਂ, ਚੱਲ ਹਾਂ ਹੈ ਆ ਵੇਸਣ ਕਿੰਨੇ ਕੱਢ ਕੇ ਲਿਆਂਦਾ ਵਾ, ਆ ਵੇਖ ਤੇਲ, ਮੈਂ ਪੂਰੀ ਬੋਤਲ ਉਧਰ ਤੇਲ ਦੀ ਦੇ ਕੇ ਗਈ ਹਾਂ ਨਾ, ਆ ਤੇਲ ਵੇਖ, ਐਵੇਂ ਨਹੀਂ ਤੁਹਾਡੇ ਬੀਪੀ ਵਧੇ, ਮੈਨੂੰ ਸੱਚੋ ਸੱਚ ਦਾ ਦੋ ਵੀ ਪਕੌੜੇ ਕੱਢੇ ਆ ਜਾਂ ਨਹੀਂ ਕੱਢੇ। ਮੰਮੀ ਮੰਮੀ ਪੋਣਾ ਮਨੇ ਕੱਢੇ, ਮੈਂ ਤਾਂ ਕੱਢੇ ਨਹੀਂ, ਮੈਂ ਪੋਣਾ ਵੀ ਲੈ ਕੇ ਆਈ ਆ। ਤੁਸੀਂ ਮੇਰੇ ਅੱਗੇ ਜ਼ੁਬਾਨ ਲੜਾਉਂਦੀਆਂ ਜੇ, ਹੋਰ ਰੁਕ ਜਾਓ ਇੱਥੇ, ਤੁਸੀਂ ਜ਼ੁਬਾਨ ਲੜਾਉਂਦੀਆਂ ਨੇ ਮੈਨੂੰ ਡੰਡਾ ਲੈ ਕੇ ਆ ਜਾਂਦੇ ਕੋਲ।